ਗਾਂਢੀ ਵਸੂਰਮੇ ਨਹੀਂ ਟਿਕਦੇ ਕਲਗੀ ਧਰਦੋਈ ਇਹ ਸਿੱਖਿਆ ਹੈ ਮਹਾਰਾਜ ਕਹਿੰਦੇ ਨੇ ਨਾ ਪਰਸ਼ੀਨ ਵਿੱਚ ਜ਼ਫਰਨਾਮੇ ਵਿੱਚ ਕੇ ਊਰਾ ਗਾਰੂ ਰਸਤ ਬਰ ਮੁਲਕ ਮਾਲਵਾ ਮਾਰਾ ਪਨਾਸ ਤੋ ਯਸਦਾ ਆਕਾਲ ਤੈਨੂੰ ਗਰੂਰ ਹੋਵੇਗਾ ਫੌਜਾਂ ਤੇ ਮੈਨੂੰ ਮਾਨ ਆਪਣੇ ਖਸਮ ਆਕਾਲ ਪੁਰਖ ਤੇ ਹੈ ਇਹ ਮੌਤੋਂ ਨਹੀਂ ਡਰਦੇ ਬ੍ਰਿਟਿਸ਼ ਫੌਜਾਂ ਬਾਬਾ ਹਨੂਮਾਨ ਸਿੰਘ ਦੀ ਖੋਜ ਕਰਦੀਆਂ ਇੱਧਰ ਨੂੰ ਵੀ ਨਿਕਲੀਆਂ ਪਿੱਛਾ ਕਰ ਰਹੇ ਸਨ ਇੱਥੇ ਪਹੁੰਚ ਗਏ ਜਦੋਂ ਇੱਥੇ ਪਹੁੰਚੇ ਨੇ ਨਾ ਇੱਥੇ ਵੀ ਹਮਲਾ ਕਰ ਦਿੱਤਾ ਗਿਆ ਸ਼ਮਸ਼ੀਰਾਂ ਸੂਤ ਕੇ ਤਲਵਾਰਾਂ ਕੱਢ ਕੇ ਬਾਬਾ ਹਨੂਮਾਨ ਸਿੰਘ ਫਟੜ ਹੋਏ ਵੀ ਜੰਗ ਜੂ ਕਿਰਿਆ ਨੂੰ ਇਨਜਾਮ ਦੇ ਰਹੇ ਨੇ ਮੁਕਾਬਲਾ ਕਰ ਰਹੇ ਨੇ ਬ੍ਰਿਟਿਸ਼ ਲੋਕਾਂ ਦਾ ਇੱਥੇ ਜਿੰਨੇ ਨਾਲ ਸਿੰਘ ਸਨ ਮਹਾਪੁਰਸ਼ ਆਪ ਬ੍ਰਿਟਿਸ਼ ਫੌਜਾਂ ਨਾਲ ਖਾਲਸਾ ਰਾਜ ਦੀ ਖਾਤਰ ਜੂਝਦੇ ਹੋਏ ਸਹਬਜ਼ਾਦਾ ਜੀਤ ਸਿੰਘ ਨਗਰ ਇੱਥੇ ਸੁਹਾਣੇ ਇਸ پاک ਰੂਹੇ ਜ਼ਮੀਨ ਦੇ ਉੱਤੇ ਮੈਦਾਨੇ ਜੰਗ ਵਿੱਚ ਸ਼ਹਾਦਤ ਦੀ ਅਬਦੀ ਨੂੰ 19 ਜੂਨ 1845 ਵਿੱਚ ਮਾਨ ਗਏ ਇੱਥੇ ਸ਼ਹਾਦਤ ਦਾ ਜਾਮ ਉਸ ਮਹਾਪੁਰਸ਼ ਨੇ ਪੀਤਾ ਅਮਰਾ ਪਦ ਹਾਸਲ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬੜਾ ਸੁੰਦਰ ਫੁਰਮਾਨ ਹੈ ਵੇਖੋ 90 ਸਾਲ ਦੀ ਉਮਰ 'ਚ ਸ਼ਹੀਦ ਹੁੰਦੇ ਨੇ ਪਿਓ ਮਰੇ ਬਜ਼ੁਰਗੀ ਦੀ ਹਾਲਤ ਵਿੱਚ ਇੰਨਾ ਕਮਜ਼ੋਰ ਬੰਦਾ ਹੋ ਜਾਂਦਾ ਕਿ ਤੇ ਆ ਸਰਾਣੇ ਟੇਬਲ ਦੇ ਉੱਤੇ ਜੱਗ ਪਿਆ ਹੋਵੇ ਨਾ ਤੇ ਨਾਲ ਗਲਾਸ ਪਿਆ ਹੋਵੇ ਜਲ ਸ਼ਕਣ ਦੀ ਸਮਰੱਥਾ ਨਹੀਂ ਇਸ ਉਮਰ ਚ ਹੁੰਦੀ ਬੱਚਿਆਂ ਨੂੰ ਆਵਾਜ਼ ਦਿੰਦੇ ਨੇ ਬਜ਼ੁਰਗ ਮੁੱਖ ਆਪਿਆਓ ਬੈਠ ਕਹੋ ਦੇ ਆ ਮੇਰੇ ਮੂੰਚ ਬੁਰਕੀਆਂ ਪਾ ਜਲ ਸ਼ਕਾ ਤੇ 90 ਸਾਲ ਦੀ ਉਮਰ ਵਿੱਚ ਸ਼ਸਤਰ ਚੁੱਕ ਕੇ ਮੁਕਾਬਲਾ ਕਰਨਾ ਉਹ ਵੀ ਬ੍ਰਿਟਿਸ਼ ਫੌਜਾਂ ਦਾ ਜਿਹੜੀਆਂ ਤੋਪਾਂ ਨਾਲ ਲੈ ਇਸ ਨੇ ਕੋਈ ਉਹਨਾਂ ਕੋਲੇ ਹਥਿਆਰ ਨਹੀਂ ਵੀ ਉਹ ਤਲਵਾਰਾਂ ਵਰਸ਼ਿਆਂ ਨਾਲ ਲੜ ਰਹੇ ਨੇ ਚੰਗੀਆਂ ਰਾਈਫਲਾਂ ਨੇ ਚੰਗੀਆਂ ਤੋਪਾਂ ਨੇ ਤੇ ਸਿੰਘਰ ਲੜ ਰਹੇ ਨੇ ਬਰਸ਼ਿਆਂ ਦੇ ਨਾਲ ਕਟਾਰਾਂ ਦੇ ਨਾਲ ਤਲਵਾਰਾਂ ਦੇ ਨਾਲ ਸ਼ਹਾਦਤ ਦੀ ਅਬਦੀ ਮਾਣੀ ਕੌਣ ਸ਼ਹੀਦ ਅਖਵਾਉਂਦਾ ਹੈ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕਾ ਹੇਤ ਪਰਜਾ ਪਰਜਾ ਕਟ ਮਰੇ ਕਬ ਹੂ ਨਾ ਛੜਾ ਖੇਤ ਉਹ ਜਿਹੜੇ ਆਪਣੇ ਧਰਮ ਦੀ ਦੀਨ ਲਈ ਮਸਲੂਮ ਲਈ ਲੜਦੇ ਨੇ ਸ਼ਹਾਦਤ ਦੀ abu dima ngayi